ਦਾਰੀਆਂ ਮੰਤਰ ਗਏ ਗਵਾਚ ਦੂਜੇ ਡੰਗ ਦੀ ਲੱਗਰੀ। ਬੜੀ ਖੁਸ਼ੀ ਹੋਈ ਠੇਠ ਪੰਜਾਬੀ ਸੁਣ ਕੇ, ਨਹੀਂ ਤਾਂ ਆਹ ਪੰਜਾਬੀ ਕੌਣ ਬੋਲ ਰਿਹਾ ਅੱਜ ਕੱਲ੍ਹ, ਕੋਈ ਨੀ ਬੋਲਦਾ ਪਿਆ। ਹੋਰ ਮੁਹੱਬਤ ਕੀ ਹੁੰਦੀ ਚੱਲਿਆ ਜੀਨੂੰ ਜੀ ਹੁੰਦੀ। ਅੰਮ੍ਰਿਤਾ ਪ੍ਰੀਤਮ ਪੰਜਾਬ ਦੇ ਗੁਜਰਾਂਵਾਲੇ ਜ਼ਿਲ੍ਹੇ ਦੇ ਵਿੱਚ ਜਨਮ ਹੋਇਆ। ਘੱਟੋ ਘੱਟ 200 ਤੋਂ ਜ਼ਿਆਦਾ ਉਹਨਾਂ ਨੇ ਕਿਤਾਬਾਂ ਲਿਖੀਆਂ, ਉਹਨਾਂ ਦੀਆਂ ਕਾਫੀ ਸਾਰੀਆਂ ਕਵਿਤਾਵਾਂ ਜਿਹੜੀਆਂ ਬਹੁਤ ਹਿੱਟ ਹੋਈਆਂ। ਮੰਨਿਆ ਜਾਂਦਾ ਕਿ ਉਹ ਪੰਜਾਬ ਦੀ ਪਹਿਲੀ ਜਿਹੜੀ ਇੱਕ ਕਵਿਤਰੀ ਸੀ, ਮਤਲਬ ਕਿ ਪੋਇਟ ਸੀ, ਫੀਮੇਲ ਪੋਇਟ ਸੀ। ਸੋ ਉਹਨਾਂ ਦੀ ਇੱਕ ਨਾ ਉਹਨਾਂ ਦਾ ਕਲਾਮ ਹੈ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿ ਤੂੰ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਸੋ ਉਹ ਤੁਹਾਡੇ ਪਾਕਿਸਤਾਨ ਦਾ ਇੱਕ ਸਿੰਗਰ ਹੈ, ਰਮਜ਼ਾਨ ਜਾਨੀ। ਉਹਨਾਂ ਦੀ ਆਵਾਜ਼ ਦੇ ਥਰੂ ਆਪਾਂ ਇਹ ਕਲਾਮ ਅੱਜ ਸੁਣਾਂਗੇ, ਜਿਹਦੇ ਵਿੱਚ ਪੰਜਾਬ ਦਾ ਦਰਦ ਬਹੁਤ ਹੀ ਸਮਾਇਆ ਹੋਇਆ। ਸੋ ਸਾਰੇ ਰਲ ਕੇ ਦੇਖਾਂਗੇ, ਇੱਦਾਂ ਦੀਆਂ ਚੀਜ਼ਾਂ ਵੀ ਦੇਖਣੀਆਂ ਬਣਦੀਆਂ, ਜ਼ਰੂਰੀ ਹੈ ਆਪਣੇ ਵਿਰਸੇ ਨੂੰ ਸਾਂਭਣ ਦੇ ਲਈ। ਇਹਨਾਂ ਚੀਜ਼ਾਂ ਨੂੰ ਸੁਣੋ, ਵਿਚਾਰੋ, ਪਤਾ ਤਾਂ ਲੱਗੇ ਕਿ ਆਪਣੇ ਜਿਹੜੇ ਸੂਫੀ ਪੋਇਟ ਹੈ ਕੌਣ ਕੌਣ ਹੋਏ ਹੈ। ਸਰਦਾਰਾਂ ਦੇ ਘਰ ਵਿੱਚ ਜੰਮੀ, ਪਾਕਿਸਤਾਨ ਪੰਜਾਬ ਦੇ ਵਿੱਚ ਜਨਮ ਲਿਆ ਗੁਜਰਾਂਵਾਲਾ ਦੇ ਵਿੱਚ, ਅਤੇ ਉਹਨੂੰ ਸਿਰਫ ਪੰਜਾਬੀ ਇੱਧਰਲੇ ਸਿੱਖ ਪੰਜਾਬੀ ਨਹੀਂ, ਜਿਹੜੇ ਮੁਸਲਮਾਨ ਪੰਜਾਬੀ ਹੈ ਉਹ ਵੀ ਬਹੁਤ ਪਿਆਰ ਕਰਦੇ ਆ। ਤੋ ਆਓ ਦੇਖਦੇ ਹਾਂ ਅੱਜ ਦੀ ਇਹ ਇੱਕ ਖੂਬਸੂਰਤ ਪੇਸ਼ਕਸ਼। ਅੱਛਾ ਅਜ ਆਖਾਂ ਵਾਰਸ਼ਾਹ ਨੂੰ ਕਿ ਤੂੰ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਰੋਈ ਸਿੱਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਦੀਆਂ ਰੋਂਦੀਆਂ ਤੈਨੂੰ ਵਾਰਸ਼ਾਹ ਨੂੰ ਕਹਿਣ। ਵੇ ਦਰਦ ਮਦਾਂ ਦੇ ਦਰਦਿਆ ਉੱਠ ਤੱਕ ਆਪਣਾ ਪੰਜਾਬ, ਅੱਜ ਵੇਲੇ ਲਾਸ਼ਾਂ ਵਿੱਚੀਆਂ ਤੇ ਲੋਦੀ ਭਰੀ ਚਨਾ। ਕਿਸੇ ਨੇ ਪੰਜਾ ਪਾਣੀਆਂ ਵਿੱਚ ਹੋ ਦਿੱਤੀ ਜ਼ਹਿਰ ਰਲਾ, ਉਹਨਾਂ ਪਾਣੀ ਦਰਦ ਨੂੰ ਦਿੱਤਾ ਪਾਣੀ ਲਾ। ਇਸ ਜ਼ਰਖੇਜ਼ ਜ਼ਮੀਨ ਦੇ ਲੂਲੂ ਫੁੱਟਿਆ ਜ਼ਹਿਰ, ਗਿੱਠ ਗਿੱਠ ਚੜੀਆਂ ਲਾਲੀਆਂ ਤੇ ਫੁੱਟ ਫੁੱਟ ਚੜਿਆ ਕੈ। ਅੱਜ ਆਖਾਂ ਵਾਰਸ਼ਾਹ ਨੂੰ ਕਿ ਤੂੰ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਫਿਰ ਵਣ ਵਣ ਵਗੀ ਜਾ, ਉਹਨੇ ਹਰ ਇੱਕ ਵਾਸ ਦੀ ਵੰਜਲੀ ਉਹ ਦਿੱਤੀ ਨਾਗ ਬਣਾ। ਪਹਿਲਾ ਡੰਗ ਮਦਾਰੀਆਂ ਮੰਤਰ ਗਏ ਗਵਾਚ, ਦੂਜੇ ਡੰਗ ਦੀ ਲੱਗਰੀ ਜਨੇ ਖਨੇ ਨੂੰ ਲਾ। ਲਾਗਾਂ ਕੀਲੇ ਲੋਕ ਨੂੰ ਬਸ ਫਿਰ ਡੰਗ ਹੀ ਡੰਗ, ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ। ਗਲੀਓ ਟੁੱਟੇ ਗੀਤ ਫਿਰ ਤਰਕਲਿਓ ਟੁੱਟੀ ਤੰਦ, ਤ੍ਰਿਣੋ ਟੁੱਟੀਆਂ
ਸਹੇਲੀਆਂ ਚ ਰੱਖੜੇ ਤੂੰ ਕਰ ਬੰਨ। ਅੱਜ ਬੜੀ ਖੁਸ਼ੀ ਹੋਈ ਠੇਠ ਪੰਜਾਬੀ ਸੁਣ ਕੇ, ਨਹੀਂ ਤਾਂ ਆਹ ਪੰਜਾਬੀ ਕੌਣ ਬੋਲ ਰਿਹਾ ਅੱਜ ਕੱਲ, ਕੋਈ ਨੀ ਬੋਲਦਾ ਪਿਆ। ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ, ਸਣੇ ਡਾਲੀਆਂ ਪੀਂਗ ਅੱਜ ਪਿਪਲਾਂ ਦਿੱਤੀ ਤੋੜ। ਅੱਜ ਆਖਾਂ ਵਾਰਸ਼ਾ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਜਿੱਥੇ ਵੱਜਦੀ ਸੀ ਫੂਕ ਪਿਆਰ ਦੀ ਉਹ ਵੰਝਲੀ ਗਈ ਗਵਾਚ, ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਹਦੀ ਜਾਤ। ਜਿੱਥੇ ਵੱਜਦੀ ਸੀ ਫੂਕ ਪਿਆਰ ਦੀ ਉਹ ਵੰਝਲੀ ਗਈ ਗਵਾਚ, ਰਾਂਝੇ ਦੇ ਸਭ ਵੀਰ ਅੱਜ ਭੁੱਲ ਗਏ ਉਹਦੀ ਜਾਤ। ਧਰਤੀ ਤੇ ਲੋ ਵਸਿਆ ਕਬਰਾਂ ਪਈਆਂ ਚੋਣ, ਪ੍ਰੀਤ ਦੀਆਂ ਸ਼ਹਜ਼ਾਦੀਆਂ ਅੱਜ ਵਿੱਚ ਮਜ਼ਾਰਾਂ ਰੋਣ। ਅੱਜ ਸਭੇ ਕੈਦੋ ਬਲ ਗਰੇ ਹੁਸ਼ ਇਸ਼ਕ ਦੇ ਚੋਰ, ਅੱਜ ਕਿਥੋਂ ਦੀ ਆ ਜੇ ਲੱਭ ਕੇ ਵਾਰਸ਼ਾ ਇੱਕ ਹੋ। ਅੱਜ ਆਖਾਂ ਵਾਰਸ਼ਾ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋ। ਇੱਕ ਰੋਈ ਸਿੱਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਦੀਆਂ ਰੋਂਦੀਆਂ ਤੈਨੂੰ ਵਾਰਸ਼ਾ ਨੂੰ ਕਹਿਣ। ਬੇਦਰਦ ਮਦਾਂ ਦੇ ਦਰਦਿਆ ਉੱਠ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿੱਚੀਆਂ ਤੇ ਲੋਦੀ ਭਰੀ ਚਨਾਬ। ਅੱਜ ਆਖਾਂ ਵਾਰਸ਼ਾ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋ। ਅੱਜ ਆਖਾਂ ਵਾਰਸ਼ਾ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋ। ਆਖਰ ਦੇ ਵਿੱਚ ਮੈਂ ਹੱਥ ਇਸ ਕਰਕੇ ਜੋੜੇ ਆ ਕਿਉਂਕਿ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇਸ ਬਾਈ ਦਾ ਜਿਨ੍ਹਾਂ ਨੇ ਇਸ ਚੀਜ਼ ਨੂੰ ਸਾਂਭਿਆ ਅਤੇ ਆਪਣੇ ਅੱਗੇ ਲੈ ਕੇ ਆਉਂਦਾ। ਇਹਨਾਂ ਨੇ ਯਾਰ ਪੰਜਾਬ ਦਾ ਉਹ ਦਰਦ ਦਿਖਾਇਆ ਜਿਹੜਾ ਅੰਮ੍ਰਿਤਾ ਪ੍ਰੀਤਮ ਦੀ ਕਲਮ ਦੇ ਵਿੱਚੋਂ ਉੱਠਿਆ ਜਦੋਂ ਪੰਜਾਬ ਦੀ ਵੰਡ ਹੋਈ, ਅਤੇ ਉਦੋਂ ਲੱਖਾਂ ਘਰ ਜਿਹੜੇ ਆ ਬੇਘਰ ਹੋ ਗਏ, ਲੱਖਾਂ ਲੋਕ ਹੈ ਜਿਹੜੇ ਉਹ ਇੱਦਾਂ ਵਿਛੜੇ ਹੈ ਕਿ ਉਸ ਤੋਂ ਬਾਅਦ ਉਹਨਾਂ ਨੂੰ ਕਦੇ ਮਿਲਣ ਦਾ ਮੌਕਾ ਨਹੀਂ ਮਿਲਿਆ। ਉਹ ਤਾਂ ਸ਼ਾਇਦ ਕਰਤਾਰਪੁਰ ਸਾਹਿਬ ਦਾ ਜਿਹੜਾ ਕੋਰੀਡੋਰ ਖੁੱਲ੍ਹਿਆ ਉਹਦੇ ਕਰਕੇ ਕਈ ਇਹੋ ਜਿਹੀਆਂ ਰੂਹਾਂ ਜਿਹੜੀਆਂ ਆਪ ਤਾਂ ਨਹੀਂ ਮਿਲ ਪਾਈਆਂ, ਪਰ ਉਹਨਾਂ ਦੇ ਅੱਗੇ ਜਿਹੜੇ ਉਹਨਾਂ ਦੀ ਪੀੜ੍ਹੀ ਹੈ ਜਿਹੜੀ ਉਹਨਾਂ ਦੀ ਪੀੜ੍ਹੀ ਦੇ ਵਿੱਚ ਉਹਨਾਂ ਦੇ ਪੋਤੇ ਉਹਨਾਂ ਦੇ ਪੁੱਤ ਉਹ ਇੱਕ ਦੂਜੇ ਨੂੰ ਮਿਲਲੇ, ਠੀਕ ਹੈ, ਅਤੇ ਉਹ ਫਿਰ ਤਾਂਹੀਓ ਇਮਰਾਨ ਖਾਨ ਨੂੰ ਅਸੀਸਾਂ ਦਿੰਦੇ ਸਾਰੇ। ਅੱਛਾ ਇਹ ਜਿਹੜੀ ਆਹ ਚੀਜ਼ ਇਹਨਾਂ ਨੇ ਦੱਸੀ ਹੈ ਨਾ ਕਿ ਪੂਰਾ ਹਾਲ ਇਹਨਾਂ ਨੇ ਬਿਆਨ ਕਰਤਾ ਨਾ ਕਿ ਉਦੋਂ ਕੀ ਹੋਇਆ ਕਿਵੇਂ ਹੋਇਆ। ਵਾਰਸ ਸ਼ਾਹ ਕਹਿੰਦੇ ਇੱਕ ਹੋਰ ਚਾਹੀਦਾ ਉੱਦਾਂ ਦਾ, ਕਿਉਂਕਿ ਮੇਰੇ ਖਿਆਲ ਨਾਲ ਇਹ ਸ਼ਾਇਦ ਉੱਦਾਂ ਦੇ ਪੋਇਟ ਹੈ ਜਿਹੜੇ ਮੈਨੂੰ ਅੱਜ ਕੱਲ੍ਹ ਬਹੁਤ ਘੱਟ ਦੇਖਣ ਨੂੰ ਮਿਲਦੇ ਆ। ਜੇ ਤੁਹਾਡੀ ਨਿਗਾਹ 'ਚ ਹੋਏ ਤਾਂ ਮੈਨੂੰ ਦੱਸਿਓ ਜ਼ਰੂਰ ਕਿ ਜਿਹੜੇ ਪੰਜਾਬ ਦਾ ਦਰਦ ਰੱਖਦੇ ਹੋਣ ਉਹਨਾਂ ਦੀ ਕਲਮ ਦੇ ਵਿੱਚ ਇੰਨੀ ਤਾਕਤ ਹੋਵੇ ਕਿ ਉਹ ਕੁਝ ਲਿਖਣ ਤਾਂ ਉਸ ਸਿਸਟਮ ਨੂੰ ਹਿਲਾ ਸਕਣ, ਠੀਕ ਹੈ, ਜਾਂ ਫਿਰ ਉਹਨਾਂ ਦੇ ਵਿੱਚ ਇੰਨਾ ਜਿਗਰਾ ਹੋਵੇ
ਕਿ ਉਹ ਸਰਕਾਰਾਂ ਨਾਲ ਮੱਥੇ ਲਾ ਸਕਣ, ਠੀਕ ਹੈ, ਅਤੇ ਜਾਂ ਫਿਰ ਕਹਿ ਲਓ ਕਿ ਕੋਈ ਵੀ ਬੁਰਾਈ ਹੈ ਸਮਾਜ ਦੇ ਵਿੱਚ ਉਹਦੇ 'ਤੇ ਖੁੱਲ੍ਹ ਕੇ ਆਪਦੀ ਟਿੱਪਣੀ ਦੇ ਸਕਣ। ਅੱਜ ਕੱਲ੍ਹ ਦੇਖੋ ਡੈਮੋਕ੍ਰੇਟਿਕ ਕੰਟਰੀਜ਼ ਆਪਣੀਆਂ ਹੈ ਨਾ, ਇੰਡੀਆ ਪਾਕਿਸਤਾਨ, ਬਟ ਉਹਦੇ ਵਿੱਚ ਤੁਸੀਂ ਖੁੱਲ੍ਹ ਕੇ ਵਿਚਾਰ ਹਜੇ ਵੀ ਨਹੀਂ ਰੱਖ ਸਕਦੇ, ਜੇ ਰੱਖਦੇ ਹੋ ਤਾਂ ਉੱਥੇ ਤੁਹਾਨੂੰ ਚੁੱਪ ਕਰਾਇਆ ਜਾਂਦਾ, ਟਵਿੱਟਰ ਅਕਾਊਂਟ ਬੈਨ ਕਰਵਾਏ ਜਾਂਦੇ ਆ। ਅਫਕੋਰਸ ਹੁਣ ਮੈਂ ਟਵਿੱਟਰ ਦੀ ਗੱਲ ਕਰ ਰਿਹਾ ਤਾਂ ਅੱਜ ਕੱਲ੍ਹ ਦਾ ਜ਼ਮਾਨਾ ਹੈ, ਇਹ ਹੁਣ ਪੁਰਾਣਾ ਜ਼ਮਾਨਾ ਨਹੀਂ ਰਿਹਾ, ਜ਼ਮਾਨੇ ਦੇ ਅਕੋਰਡਿੰਗ ਆਪਾਂ ਨੂੰ ਚੇਂਜ ਵੀ ਹੋਣਾ ਪੈਂਦਾ। ਅੱਜ ਕੱਲ੍ਹ ਜਿਹੜਾ ਕੰਟੈਂਟ ਕੰਜ਼ਿਊਮ ਕਰਨ ਦਾ ਤਰੀਕਾ ਉਹ ਚੇਂਜ ਹੁੰਦਾ ਜਾ ਰਿਹਾ, ਕਵਿਤਾਵਾਂ ਪੋਇਟਰੀ ਹੈ ਪਰ ਉਨੀ ਨਹੀਂ ਹੈ ਜਿੰਨੀ ਪਹਿਲਾਂ ਸੀ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਅੱਜ ਕੱਲ੍ਹ ਲੋਕ ਉਹ ਇੱਕ ਸ਼ੋਰਟਕੱਟ ਮਿਲ ਗਿਆ ਜਿਹਦੇ ਵਿੱਚ ਬੜੇ ਘੱਟ ਸਮੇਂ ਦੇ ਵਿੱਚ ਬਹੁਤ ਲੋਕਾਂ ਤੱਕ ਆਵਾਜ਼ ਪਹੁੰਚ ਜਾਂਦੀ ਹੈ, ਕਿਤਾਬਾਂ ਜਿਹੜਾ ਇੱਕ ਲਿਮਿਟਡ ਆਡੀਅੰਸ ਤੱਕ ਪਹੁੰਚਦੀਆਂ, ਅਤੇ ਸੋਸ਼ਲ ਮੀਡੀਆ ਵਰਲਡ ਵਾਈਡ ਤੁਸੀਂ ਅਪਰੋਚ ਕਰ ਸਕਦੇ ਹੋ। ਮੇਨ ਮਤਲਬ ਇਹ ਹੈ ਕਿ ਜਿਵੇਂ ਹੁਣ ਇਹਨਾਂ ਨੇ ਵੀ ਇੱਕ ਆਪਣਾ ਕੰਟਰੀਬਿਊਟ ਕੀਤਾ, ਇੱਕ ਆਪਦਾ ਯੋਗਦਾਨ ਪਾਇਆ। ਦੇਖੋ ਹੁਣ ਮੈਂ ਪੰਜਾਬੀ 'ਚ ਗੱਲ ਕਰਦਾ, ਮੈਂ ਵੀ ਇੰਗਲਿਸ਼ ਦੇ ਸ਼ਬਦ ਬਹੁਤ ਵਰਤਦਾ, ਠੀਕ ਹੈ, ਪਰ ਇਹ ਆਪਣੀ ਆਦਤ ਬਣ ਚੁੱਕੀ ਹੈ ਜਾਂ ਬਣਾ ਦਿੱਤੀ ਗਈ ਹੈ ਜਾਂ ਬਣ ਚੁੱਕੀ ਹੈ, ਠੀਕ ਹੈ, ਆਪਣਾ ਜਿਵੇਂ ਜਿਹੜਾ ਬ੍ਰੇਨ ਵਾਸ਼ ਕਰ ਦਿੱਤਾ ਗਿਆ। ਹੁਣ ਮੈਂ ਬ੍ਰੇਨ ਵਾਸ਼ ਵਰਡ ਹੀ ਇੰਗਲਿਸ਼ ਦਾ, ਆਪਾਂ ਇਹਦੇ 'ਚ ਹੁਣ ਪੰਜਾਬੀ 'ਚ ਕੀ ਜ਼ਿਆਦਾ ਕਹਾਂਗੇ, ਠੀਕ ਹੈ, ਦਿਮਾਗ ਧੋਤਾ, ਚਲੋ ਇਹ ਤਾਂ ਮੈਂ ਇੰਗਲਿਸ਼ ਟੂ ਪੰਜਾਬੀ ਸਿੱਧਾ ਉਹ ਕਰਤਾ, ਪਰ ਇਹ ਮਜ਼ਾਕ ਵਾਲੀ ਗੱਲ ਨਹੀਂ ਹੈ ਯਾਰ, ਇਹਦੇ ਬਾਰੇ ਆਪਾਂ ਨੂੰ ਸੋਚਣਾ ਚਾਹੀਦਾ। ਜਿਵੇਂ ਇਸ ਹਿਸਾਬ ਨਾਲ ਇਹਨਾਂ ਨੇ ਜਿਹੜੀ ਅੰਮ੍ਰਿਤਾ ਪ੍ਰੀਤਮ ਜੀ ਦਾ ਜੋ ਲਿਖਿਆ ਹੋਇਆ ਕਲਾਮ ਬੜੀ ਠੇਠ ਪੰਜਾਬੀ ਦੇ ਵਿੱਚ ਬਹੁਤ ਸੋਹਣਾ ਬਣਿਆ ਬਾਈ ਨੇ, ਐਂਡ ਸ਼ਬਦ ਵੀ ਜਿਹੜੇ ਇਹਨਾਂ ਨੇ ਬੜੇ ਵਧੀਆ ਉਚਾਰਨ ਕੀਤੇ, ਸੁਰ ਬਹੁਤ ਵਧੀਆ ਲਾਏ ਐਂਡ ਦੇ, ਹੈ ਨਾ, ਮਜ਼ਾ ਆਇਆ ਦੇਖ ਕੇ ਕਿ ਹਾਂ ਯਾਰ ਹਜੇ ਵੀ ਕੁਝ ਲੋਕ ਇੱਦਾਂ ਦੇ ਹੈਗੇ ਆ ਜਿਹੜੇ ਇਸ ਚੀਜ਼ ਨੂੰ ਪ੍ਰਮੋਟ ਕਰਦੇ ਆ ਅਤੇ ਸੰਗਦੇ ਨਹੀਂ, ਕਿ ਉਹ ਇਹ ਨਹੀਂ ਦੇਖਦੇ ਕਿ ਸਾਨੂੰ ਵਿਊਜ਼ ਆਉਣਗੇ ਕਿ ਨਹੀਂ, ਕਿਉਂਕਿ ਆਪਣੀ ਜਿਹੜੀ ਆਡੀਅੰਸ ਆ ਉਹ ਘੱਟ ਹੈ, ਲਿਮਿਟਡ ਹੈ, ਪੰਜਾਬੀ ਸਮਝਣ ਵਾਲੇ ਲੋਕ ਘੱਟ ਹੈ, ਬਟ ਫਿਰ ਵੀ ਅਸੀਂ ਵੀ ਹੁਣ ਦੇਖੋ 6 ਸਾਲਾਂ ਤੋਂ ਮੈਂ ਲੱਗਾ ਹੋਇਆ, ਮੈਨੂੰ ਬੜੇ ਲੋਕਾਂ ਨੇ ਕਿਹਾ ਕਿ ਪੰਜਾਬੀ 'ਚ ਸਾਨੂੰ ਸਮਝ ਨਹੀਂ ਲੱਗਦੀ, ਮੈਨੂੰ ਮੈਂ ਬਿਲਕੁਲ ਉਹਨਾਂ ਦੀ ਭਾਵਨਾ ਦੀ ਕਦਰ ਕਰਦਾ ਐਂਡ ਮੈਂ ਦਿਲੋਂ ਸਤਿਕਾਰ ਕਰਦਾ ਕਿ ਜਿਹੜੇ ਲੋਕ ਇੱਦਾਂ ਕਹਿੰਦੇ ਆ ਕਿ ਤੁਸੀਂ ਦੂਜੀ ਭਾਸ਼ਾ 'ਚ ਵੀ ਬਣਾਇਆ ਕਰੋ ਤਾਂ ਜੋ ਸਾਨੂੰ ਸਮਝ ਲੱਗੇ। ਪਰ ਇਹ ਜਿਹੜਾ ਚੈਨਲ ਹੈ ਨਾ, ਇਹ ਪੂਰਾ ਡੈਡੀਕੇਟਡ ਹੈ ਪੰਜਾਬੀ ਨੂੰ, ਤਾਂ ਇੱਥੇ ਤਾਂ ਪੰਜਾਬੀ 'ਚ ਹੀ ਗੱਲ ਹੁੰਦੀ ਹੈ। ਇੱਕ ਹੋਰ ਆਪਾਂ ਚੈਨਲ ਬਣਾਇਆ ਰਿਐਕਟ ਨਾਮ ਤੋਂ, ਉੱਥੇ ਹਿੰਦੀ ਵਿੱਚ ਜਿਹੜੇ ਰਿਐਕਸ਼ਨ ਹੁੰਦੇ ਆ, ਹਿੰਦੀ ਉਰਦੂ ਜਿਹੜੇ ਲੋਕ ਸਮਝਦੇ ਆ ਉਹਨਾਂ ਨੂੰ ਸਮਝ ਲੱਗ ਜੂਗਾ। ਸੋ ਅੱਜ ਦਾ ਜਿਹੜਾ ਵੀ ਇਹ ਕਲਾਮ ਸੀਗਾ, ਮੈਨੂੰ ਤਾਂ ਬਹੁਤ ਸੋਹਣਾ ਲੱਗਾ, ਬਹੁਤ ਸੋਹਣਾ ਬੜਿਆ ਬਾਈ ਨੇ, ਤੁਹਾਨੂੰ ਕਿਵੇਂ ਲੱਗਾ ਮੈਨੂੰ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਜਾਣ ਤੋਂ ਪਹਿਲਾਂ ਮੇਕ ਸ਼ੋਰ ਯੂ ਹਿੱਟ ਦੈਟ ਸਬਸਕ੍ਰਾਈਬ। ਜਾਣਾ ਕੋ ਸਭ ਕਾ ਸਰਕਾਰ ਜ਼ਰੂਰ ਕਰ ਨਾ ਬੋਲ।